सत श्री अकाल जी, आई होप तुसी सारे ठीक हो गए। सो वीडियो लैके आए हाँ जी, जोबन बाई का सोंग है ते सोंग का नाम है फक द नॉर्म। आओ चेक करते हैं, एम के बीट्स वालों म्यूजिक शायद दिता हुआ है, तो आओ देखना करते हैं की हिसाब किताब है सोंग का, की गलबात है, तो नाल नाल सोंग देखना करते हैं ते नाल गलबात करते हैं जी। आओ चेक करना करिए, अजकल सोंगा दे इवें दे नाम आउण लग पए। जिन्नी जो मर्जी हेट करी जाए हेटरां दी परवाह ना करो यार, क्योंकि इत्थे माड़े नूं ही माड़ा कहण, माड़े नूं माड़े कहण वाले तो है ही नहीं है, इत्थे कई चंगे नूं ही माड़ा कहण वाले हैगे। इस करके कभी भी किसी की परवाह ना करके चलो, क्योंकि हेट जदों कोई तरक्की वाले रस्ते नूं वधदा है ना, तो हेटर भी अपने आप वधने लाजमी है, क्योंकि कोई तरक्की तुहाडी वेख के जरदा है ते कोई नहीं जर पाउंदा, तां ही करके हेट होंदी। मैगजीन फुल ना कोई री लोड ते पंगा पौण नूं सी आए साले खाली मोड़ ते, ओ मैगजीन फुल ना कोई री लोड ते पंगा पौण नूं सी आए साले खाली मोड़ ते, साडे झूलदे आ झंडे बैक मिररा ते खंडे संद लिशकदे पए होए डैशबोर्ड ते, सेट कारोबार ना नीटा खुटियां दिल दे दलेर सामियां ने मोटियां, रोंदा ते जो बैग नाल टैटियां च कैश तू गुच्ची वरसाचे करे गल्लां छोटियां, जिंदगी ते लैने आ स्वाद मिठी है रब तो लिखा के गुड लक कुड़े, गड्डी च बैठे सारे सप कुड़े, विंडोज डाउन बेस अप कुड़े, वड्डे वड्डे दित्ते सारे नप कुड़े, ट्राली आड़ोगी वाह। ਸਾਡੇ ਆ ਮੁਕੱਦਰਾਂ ਚ ਲਿਖਿਆ ਪਿਆਰ ਲੱਗਾ ਰਹਿੰਦਾ ਕੁੜੇ ਮੌਤ ਦਾ ਮੱਥਾ, ਗਰਮੀ ਬਥੇਰੀ ਖੂਨ ਰਹਿੰਦਾ ਤੱਤਾ, ਬੜੇ ਗਏ ਕੁੜੇ ਹੱਥ ਜੋੜ ਕੇ ਨਾ ਚੱਲਦੀਆਂ ਜਦੋਂ ਕਹਿੰਦੇ ਭਾਰ ਲੱਤਾਂ, ਚੱਲਦੀ ਚੱਲ ਕੁੜੇ ਚੱਲਦੀ ਚੱਲ, ਕੰਮ ਕੋਈ ਰੱਖੀ ਨਾ ਢਿੱਲ, ਗੱਡੀ ਦੇ ਸਪੀਕਰਾਂ ਚ ਵੱਜਦੀ ਡ੍ਰਿਲ, ਮਾੜੇ ਜਿਗਰੇ ਵਾਲੇ ਦਾ ਆਉਂਦਾ ਭਾਰ ਨੂੰ ਦਿਲ, ਕਾਲੇ ਸੂਟ ਕਾਲੀ ਮਸ ਟਹਿੰਗਾ ਨਾਲ ਬੈਂਦੀਆਂ ਜੋ ਗੈਂਗਾ ਹੀ ਗੈਂਗਾ, ਪੰਗਾ ਸਾਡੇ ਨਾਲ ਪੈਂਦਾ ਮਹਿੰਗਾ, ਬੜਿਆਂ ਦੇ ਦੂਰ ਕਿਤੇ ਸ਼ੱਕ ਕੁੜੇ, ਗੱਡੀ ਚ ਬੈਠੇ ਸਾਰੇ ਸੱਪ ਕੁੜੇ, ਵਿੰਡੋਜ਼ ਡਾਊਨ ਬੇਸ ਅਪ ਕੁੜੇ, ਵੱਡੇ ਵੱਡੇ ਦਿੱਤੇ ਸਾਲੇ ਨੱਪ ਕੁੜੇ, ਇਹ ਟਰਾਲੀ ਆੜੋਗੀ ਵਾ। ਤੂੰ ਲਾ ਦਿੰਦਾ ਉਹਦੇ Love. I got a big mouth, can't help it. I talk to my heart, I'm real. ਕਿਆ ਬਾਤ ਹੈ, ਬਹੁਤ ਸੋਹਣਾ ਸੌਂਗ ਹੈ। ਕੁਝ ਨਾ ਸੌਂਗ ਦੇ ਵਿੱਚ ਨਾ ਜਿਹੜੀ ਵਾਈਬ ਆ ਰਹੀ ਹੈ ਨਾ, ਉਹ ਸ਼ੁਭ ਬਾਈ ਦੇ ਸੌਂਗ ਵਰਗੀ ਵਾਈਬ ਆ ਰਹੀ ਹੈ। ਬਹੁਤ ਸੋਹਣਾ ਬਾਈ ਦਾ ਸੌਂਗ, ਜਿੱਥੇ ਬਾਈ ਨੇ ਹਿੱਟਰਾਂ ਦੀ ਗੱਲ ਕੀਤੀ ਹੈ ਅਤੇ ਜਿੱਥੇ ਇਹ ਕੀਤੀ ਹੈ ਕਿ ਵੱਡੇ ਵੱਡੇ ਵੈਰੀ ਦਾ ਮਨ ਨਾ ਪੁੱਕਰੇ, ਕਿ ਵੱਡਿਆਂ ਤੋਂ ਪਰਵਾਹ ਨਾ ਕਰੋ। ਕਿਸੇ ਵੇਲੇ ਇਹ ਹੁੰਦਾ ਕਿ ਯਾਦ ਰੱਖਿਓ ਆਪਣੇ ਆਪ ਤੋਂ ਵੱਡਾ ਕੋਈ ਨਹੀਂ, ਠੀਕ ਹੈ। ਮਤਲਬ ਕਿ ਇਸ ਮੈਂ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਇੱਕ ਤਾਂ ਪਰਮਾਤਮਾ ਇਹ ਜਿਹੜਾ ਸਾਰਿਆਂ ਤੋਂ ਵੱਡਾ ਹੈ, ਬਾਕੀ ਕਿਸੇ ਵੱਡੇ ਦੀ ਪਰਵਾਹ ਨਾ ਕਰੋ। ਜਦੋਂ ਵੱਡੇ ਦੀ ਪਰਵਾਹਾਂ ਕਰਨ ਲੱਗ ਜਾਂਦੇ ਨਾ ਤਾਂ ਵੱਡੇ ਫਿਰ ਦਬਾਉਣ ਆ ਜਾਂਦੇ ਨੇ। ਇਸ ਕਰਕੇ ਕਿਸੇ ਵੱਡੇ ਤੋਂ ਕਿਸੇ ਤੋਂ ਡਰ ਕੇ ਨਾ ਰਹੋ, ਇੱਕ ਪਰਮਾਤਮਾ ਤੋਂ ਡਰਨਾ ਹੈ, ਹੋਰ ਅਸੀਂ ਕਿਸੇ ਤੋਂ ਕਿਉਂ ਡਰੀਏ, ਕਿਉਂਕਿ ਕਿਸੇ ਦਾ ਲੈ ਕੇ ਨਹੀਂ ਖਾ ਰਹੇ। ਇਸ ਕਰਕੇ ਕਦੀ ਵੀ ਆਪਣੇ ਤੋਂ ਵੱਡੇ ਵੱਲ ਵੇਖ ਕੇ ਉਹਦੇ ਵੱਲ ਵੇਖ ਕੇ ਝੁਕੋ ਨਾ, ਕਿਉਂ, ਕਿਉਂਕਿ ਅਸੀਂ ਕਿਹੜਾ ਉਹਦੇ ਨੌਕਰ ਲੱਗੇ ਹਾਂ।
ਜਾਂ ਉਹਦੇ ਕਹਿ ਲਈਏ ਕਿ ਅਸੀਂ ਉਹਦੀ ਸਿਰ 'ਤੇ ਚੱਲਦੇ ਹਾਂ, ਆਪਣੀ ਦਮ 'ਤੇ ਖਾਂਦੇ ਹਾਂ, ਥੋੜ੍ਹੀ ਖਾਂਦੇ ਹਾਂ, ਜਿੰਦੀ ਵੀ ਖਾਂਦੇ ਹਾਂ, ਪਰ ਮਰਜ਼ੀ ਦੀ ਵਧੀਆ ਤਰੀਕੇ ਨਾਲ ਖਾਂਦੇ ਹਾਂ, ਕਿਸੇ ਵੱਡੇ ਦੀ ਕਿਉਂ ਪਰਵਾਹ ਕਰਨੀ ਬਾਈ। ਸੋ ਬਹੁਤ ਸੋਹਣਾ ਬਾਈ ਨੇ ਸੌਂਗ ਯਾਰ, ਸਵਾਦ ਆ ਗਿਆ ਬਾਈ ਦੇ ਸੌਂਗ ਨਾਲ ਸੁਣ ਕੇ, ਅਤੇ ਸੱਚੀ ਮਿਊਜ਼ਿਕ ਅਤੇ ਵੀਡੀਓ ਬਾਈ ਨੇ ਬਹੁਤ ਸੋਹਣੀ ਲਈ ਹੈ। ਗੱਡੀ ਵਿੱਚ ਬੈਠੇ ਸਾਰੇ ਸੱਪ ਕੁੜੀ, ਗੱਡੀ ਵਿੱਚ ਕਹਿ ਲਈਏ ਯਾਰ ਦੋਸਤ, ਜਿਵੇਂ ਬਾਈ ਨੇ ਗਾਣੇ ਦੇ ਵਿੱਚ ਯਾਰਾਂ ਦੀ ਵੀ ਗੱਲ ਕੀਤੀ ਹੈ, ਜੇ ਯਾਰ ਚੰਗੇ ਹੋ ਜਾਣ, ਚੰਗੇ ਮਿਲ ਜਾਣ ਯਾਰ, ਅਤੇ ਉਹ ਯਾਰ ਇਹੋ ਜਿਹੇ ਹੁੰਦੇ ਨੇ ਕਿ ਕਈ ਇਗਜ਼ੈਂਪਲ ਮੈਂ ਆਪਣੀ ਰੀਅਲ ਲਾਈਫ ਦੇ ਵਿੱਚੋਂ ਵੀ ਦੇਵਾਂ ਕਿ ਇਹੋ ਜਿਹੇ ਕਈ ਯਾਰ ਹੁੰਦੇ ਨੇ ਜਿਹੜੇ ਰਿਸ਼ਤੇਦਾਰਾਂ ਵੀ ਤਾਂ ਰਿਸ਼ਤੇਦਾਰਾਂ ਤੋਂ ਵੀ ਤਾਂ ਹੁੰਦੇ ਨੇ, ਕਈ ਕਈ ਉੱਥੇ ਰਿਸ਼ਤੇਦਾਰ ਵੀ ਨਹੀਂ ਖੜ੍ਹ ਪਾਉਂਦੇ ਜਿਹੜੇ ਹੁੰਦੇ ਨੇ ਸਕੇ, ਜਿੱਥੇ ਯਾਰ ਖੜ੍ਹ ਜਾਂਦੇ ਨੇ, ਕਈ ਰਿਸ਼ਤੇਦਾਰ ਵੀ ਉੱਥੇ ਨਹੀਂ ਖੜ੍ਹਦੇ। ਇਸ ਕਰਕੇ ਯਾਰ ਉਹ ਬਣਾਓ ਜਿਹੜਾ ਨਾਲ ਖੜ੍ਹਨ ਵਾਲਾ ਹੋਵੇ, ਕਿਉਂਕਿ ਯਾਰ ਜੁੜਨ ਭਾਵੇਂ ਹੋਰ ਦੋ ਚਾਰ ਪਰ ਹੁਣ ਵਧੀਆ ਉਹ ਯਾਰ ਨਾ ਹੁਣ, ਕਈ ਜਿਹੜੇ ਖਾਊ ਯਾਰ ਹੁਣ ਇਹ ਖਾਣ ਵੇਲੇ ਤੁਹਾਡੇ ਕੋਲ ਅਤੇ ਸਾਥ ਦੇਣ ਵੇਲੇ ਤੁਹਾਡੇ ਨਾਲ ਭੱਜੇ ਜਾਣ, ਜਿਹੜਾ ਸਾਥ ਦੇਣ ਵਾਲੇ ਔਖੇ ਸੌਖੇ ਵੇਲੇ ਨਾਲ ਖੜ੍ਹਦੇ ਨੇ ਨਾ, ਅਸਲੀ ਯਾਰ ਹੀ ਉਹ ਹੁੰਦੇ ਨੇ ਯਾਰ। ਸੋ ਬਹੁਤ ਪਿਆਰਾ ਬਾਈ ਦਾ ਸੌਂਗ ਯਾਰ, ਐਂਡਲੈਸ ਸੌਂਗ, ਦੱਸਣਾ ਸੌਂਗ ਕਿਵੇਂ ਦਾ ਲੱਗਾ, ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।